ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਗੱਲ ਕਰਦੇ ਆਪਾਂ ਸਰਦੀ ਰੁੱਤ ਦੇ ਬਾਰੇ ਨਵੰਬਰ ਦਾ ਮਹੀਨਾ ਲਗਭਗ ਅੱਧਾ ਨਿਕਲਣ ਦੇ ਕਰੀਬ ਹੈ ਤੇ ਅੱਧਾ ਮਹੀਨਾ ਬਾਕੀ ਹੈ ਇਹਦੇ ਵਿੱਚ ਹੁਣ ਗੱਲ ਕਰਾਂਗੇ ਕਿ ਸਰਦੀ ਦਾ ਜ਼ੋਰ ਕਦੋਂ ਤੋਂ ਪੈਣ ਦੇ ਆਸਾਰ ਨੇ ਕਦੋਂ ਠੀਤ ਲਹਿਰ ਧੁੰਦ ਕੜਾਕੇ ਦੀ ਠੰਡ ਦਾ ਮਾਹੌਲ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਨਵੰਬਰ ਦੇ ਕੁਝ ਬਾਕੀ ਦਿਨ ਨੇ ਲਗਭਗ ਅੱਧਾ ਨਵੰਬਰ ਤੇ ਇਹਦੇ ਵਿੱਚ ਮੀਂਹ ਦੇ ਹਾਲਾਤ ਕਦੋਂ ਬਣ ਸਕਦੇ ਨੇ ਕੀ ਮੌਸਮੀ ਹਲਚਲ ਦੇਖਣ ਨੂੰ ਮਿਲੇਗੀ ਤੋ ਪਹਿਲਾ ਆਪਾਂ ਗੱਲ ਕਰੀਏ ਸਰਦੀ ਦੇ ਬਾਰੇ ਤਾਂ ਜਿਵੇਂ ਕਿ ਪਿਛਲੇ 9-10 ਨੂੰ ਬਰਸਾਤ ਹੋਈ ਆ ਤਾਂ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਠੰਡ ਦੇ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ ਕਈ ਹਿੱਸਿਆਂ ਦੇ ਵਿੱਚ ਹੁਣ ਧੁੰਦ ਦਾ ਮਾਹੌਲ ਵੀ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਤੇ ਇਸੇ ਧੁੰਦ ਦੇ ਚੱਲਦੇ ਹੀ ਕੁਝ ਧੁੱਪ ਮੱਧਮ ਰਹਿਣ ਲੱਗੀ ਆ 9-10 ਵਜੇ ਦੇ ਆਸ-ਪਾਸ ਤੱਕ ਟੈਂਪਰੇਚਰ ਦੇ ਵਿੱਚ ਵੀ ਗਿਰਾਵਟ ਪਿਛਲੇ ਦਿਨਾਂ ਦੇ ਮੁਕਾਬਲੇ ਦੇਖਣ ਨੂੰ ਮਿਲਿਆ ਜੋ ਬਰਸਾਤ ਤੋਂ ਪਹਿਲਾਂ ਦਿਨ ਦੇ ਤਾਪਮਨ 28 ਤੋਂ 30 ਤੱਕ ਸੀ ਤਾਂ ਉਹ ਕੱਟ ਕੇ ਹੁਣ 24-25 ਤੇ ਆ ਗਏ ਨੇ ਇੱਕਦਮ 4 ਤੋਂ 5 ਡਿਗਰੀ ਦੀ ਗ ਤੇ ਹੁਣ ਦਿਨ ਦਾ ਤਾਪਮਾਨ ਵੱਧ ਤੋਂ ਵੱਧ 24-25 ਦੇ ਆਸ-ਪਾਸ ਵੱਖ-ਵੱਖ ਹਿੱਸਿਆਂ ਦੇ ਵਿੱਚ ਚੰਗੀ ਧੁੱਪ ਦਰਮਿਆਨ ਦੇਖਣ ਨੂੰ ਮਿਲ ਰਿਹਾ ਹੈ ਜਿਹੜਾ ਕਿ ਲਗਭਗ ਦਿਨ ਦਾ ਤਾਪਮਾਨ ਇਸ ਨਵੰਬਰ ਮਹੀਨੇ ਦੇ ਵਿੱਚ ਇਸੇ ਤਰ੍ਹਾਂ ਟਿਕਿਆ ਰਹੇਗਾ ਲਗਭਗ 22 ਤੋਂ 24 ਦੇ ਆਸ-ਪਾਸ ਰਹੇਗਾ ਜਿਆਦਾ ਦਿਨ ਦਾ ਤਾਪਮਾਨ ਡਿੱਗਣ ਦੇ ਚਾਂਸ ਘੱਟ ਨੇ ਕਿਉਂਕਿ ਦਿਨ ਵੇਲੇ ਮੌਸਮ ਸਾਫ਼ ਹੋਣ ਕਰਕੇ ਚੰਗੀ ਧੁੱਪ ਲੱਗ ਰਹੀ ਹੈ ਜਿਸ ਕਰਕੇ ਦਿਨ ਦੇ ਤਾਪਮਾਨ 22-24 ਡਿਗਰੀ ਦੇ ਆਸ-ਪਾਸ ਘੁੰਮਦੇ ਰਹਿਣਗੇ ਪਰ ਰਾਤ ਦੇ ਤਾਪਮਾਨ ਇਸ ਵੇਲੇ ਲਗਭਗ 15 ਡਿਗਰੀ ਤੋਂ ਪਲੱਸ ਚੱਲ ਰਹੇ ਨੇ ਤੇ ਜਿਹੜੇ ਕੀ ਆਉਂਦੇ 5-7 ਦਿਨਾਂ ਤੱਕ ਇਸੇ ਤਰ੍ਹਾਂ ਚੱਲਣਗੇ ਤੇ ਲਗਭਗ 20 ਨਵੰਬਰ ਤੋਂ ਬਾਅਦ ਦੇ ਰਾਤ ਦੇ ਟੈਂਪਰੇਚਰ ਜਿਹੜੇ 15 ਡਿਗਰੀ ਤੋਂ ਹੁਣ ਜ਼ਿਆਦਾ ਚੱਲ ਰਹੇ ਨੇ ਤਾਂ ਉਹ ਘਟ ਜਾਣਗੇ ਲਗਭਗ 13-14 ਤੇ ਆ ਜਾਣਗੇ ਤੇ ਫਿਲਹਾਲ ਨਵੰਬਰ ਮਹੀਨੇ ਦੇ ਵਿੱਚ ਸ਼ੀਤ ਲਹਿਰ ਵਰਗੇ ਚਾਂਸ ਫਿਲਹਾਲ ਹਜੇ ਕੋਈ ਬਣਦੇ ਨਜ਼ਰ ਨਹੀਂ ਆ ਰਹੇ ਠੰਡ ਦੇ ਵਿੱਚ ਹਲਕਾ ਜਿਹਾ ਵਾਅਦਾ ਆਉਂਦੇ ਲਗਭਗ 5-4 ਦਿਨਾਂ ਵਿੱਚ 20 ਨਵੰਬਰ ਤੋਂ ਬਾਅਦ ਜ਼ਰੂਰ ਦੇਖਣ ਨੂੰ ਮਿਲੇਗਾ ਤੁੰਦ ਦਾ ਮਾਹੌਲ ਇਸੇ ਤਰ੍ਹਾਂ ਹਲਕਾ ਦਰਮਿਆਨਾ ਕੁਝ ਹਿੱਸਿਆਂ ਵਿੱਚ ਬਣਿਆ ਰਹੇਗਾ ਜਿਹੜਾ ਕਿ 2-4 ਦਿਨਾਂ ਦੇ ਲਈ ਹੈ ਤਾਂ ਉਸ ਤੋਂ ਬਾ ਤੇ ਉਸ ਤੋਂ ਬਾਅਦ ਹੁਣ ਗੱਲ ਕਰੀਏ ਆਪਾਂ ਮੀਂਹ ਦੇ ਹਾਲਾਤ ਦੀ ਫਿਲਹਾਲ ਨਵੰਬਰ ਮਹੀਨੇ ਦੇ ਆਖਰ ਦੇ ਵਿੱਚ ਇੱਕ ਸਿਸਟਮ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਜਿਹੜਾ ਕਿ ਲਗਭਗ 26 27 28 ਦੇ ਆਸ-ਪਾਸ ਬਣ ਸਕਦਾ ਹੈ ਤੇ ਜੇਕਰ ਇਹ ਸਿਸਟਮ ਤੇ ਚਲਦੇ ਪੰਜਾਬ ਦੇ ਵਿੱਚ ਬਰਸਾਤ ਹੁੰਦੀ ਹੈ ਤਾਂ ਉਸ ਬਰਸਾਤੀ ਸਪੈਲ ਤੋਂ ਬਾਅਦ ਪੰਜਾਬ ਵਿੱਚ ਈ ਸਰਦੀ ਕੜਾਕੇ ਦੇ ਰੂਪ ਲਵੇਗੀ ਤੇ ਉਸ ਤੋਂ ਬਾਅਦ ਕਿਉਂਕਿ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਹੋ ਜਾਂਦੀ ਹੈ ਉਸ ਤੋਂ ਬਾਅਦ ਸ਼ੀਤ ਹਵਾਵਾਂ ਚਲਦੀਆਂ ਨੇ ਜਿਨ੍ਹਾਂ ਨਾਲ ਸ਼ੀਤ ਲਹਿਰ ਆਉਂਦੀ ਹੈ ਤੇ ਕਹਿ ਸਕਦੇ ਆਪਾਂ ਵੀ ਨਵੰਬਰ ਦੇ ਆਖਰੀ ਦਿਨਾਂ ਤੋਂ ਜਾਂ ਫਿਰ ਦਸੰਬਰ ਦੇ ਚੜ੍ਹਦੇ ਦਿਨਾਂ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਜਿਹੜੀ ਆਪਣੇ ਜੋਰ ਆ ਤੇ ਦੇਖੇ ਵੀ ਮਿਲੇਗੀ ਤੇ ਬਰਸਾਤ ਤੋਂ ਬਾਅਦ ਧੁੰਦ ਵੀ ਕਾਫੀ ਜ਼ਿਆਦਾ ਸੰਘਣੇ ਰੂਪੇ 'ਚ ਦੇਖਣ ਨੂੰ ਮਿਲ ਜਾਂਦੀ ਹੈ। ਸੋ ਫਿਲਹਾਲ ਨਵੰਬਰ ਦਾ ਮਹੀਨਾ ਇਸ ਤਰ੍ਹਾਂ ਠੀਕ-ਠਾਕ ਰਹੇਗਾ। ਕੋਈ ਬਹੁਤ ਜ਼ਿਆਦਾ ਤਕੜੀ ਸਰਦੀ ਨਹੀਂ ਹੋਵੇਗੀ ਠੰਡ ਹਲਕਾ ਜਿਹੜਾ ਵਾਦਾ ਉਹ ਦੇਖਣ ਨੂੰ ਮਿਲੂਗਾ ਧੁੰਦ ਸਵੇਰ ਦੇ ਪਹਿਲੇ ਘੰਟਿਆਂ ਵਿੱਚ ਕੁਝ ਰਹੇਗੀ ਜਿਹੜੀ ਕਿ 8-9 ਵਜੇ ਤੋਂ ਮੌਸਮ ਸਾਫ਼ ਹੋਵੇਗਾ। ਹਵਾਵਾਂ ਦੀ ਗੱਲ ਕਰੀਏ ਤਾਂ ਹਵਾਵਾਂ ਲਗਭਗ 18-19 ਨਵੰਬਰ ਤੱਕ ਲਗਾਤਾਰ ਇਸੇ ਤਰ੍ਹਾਂ ਚਲਦੀਆਂ ਰਹਿਣਗੀਆਂ ਉੱਤਰ-ਪੱਛਮ ਦਿਸ਼ਾ ਤੋਂ ਠੰਡੇ ਰੂਪ ਦੇ ਵਿੱਚ ਖੁਸ਼ਕ ਹਵਾਵਾਂ ਪਰ 19-20 ਨਵੰਬਰ ਤੋਂ ਹਵਾਵਾਂ ਦੀ ਗਤੀ ਥੋੜੀ ਜੀ ਘਟੇਗੀ ਤੇ ਜਿਸ ਦੇ ਚੱਲਦੇ ਫਿਰ ਦਿਨ ਵੇਲੇ ਦੀ ਜੋ ਕਹਿੰਦੇ ਬਾਬੇ ਥੋੜੀ ਜੀ ਸਰਦੀ ਵਧੀ ਹੋਈ ਸੀ ਹਵਾਵਾਂ ਦੇ ਚੱਲਦੇ ਉਤੋਂ ਹਲਕੀ ਜਿਹੀ ਰਾਹਤ ਮਿਲੇਗੀ ਤੇ ਦਿਨ ਦਾ ਟੈਂਪਰੇਚਰ 20 ਤਰੀਕ ਤੋਂ ਬਾਅਦ ਹੋ ਸਕਦਾ ਹੈ ਕਿ 1-2 ਡਿਗਰੀ ਕੁਝ ਹਿੱਸਿਆਂ ਵਿੱਚ ਵਧ ਵੀ ਸਕਦਾ ਹੈ